ਠੀਕ ਹੈ ਜੀ, ਜਿਵੇਂ ਦਾ ਵੀ ਹੁੰਦਾ, ਜਿੰਨਾ ਕੁ ਵੀ ਹੁੰਦਾ। ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਜੀ। ਸਾਨੂੰ ਪਤਾ ਤੁਸੀਂ ਬਹੁਤ ਪਿਆਰ ਕਰਦੇ ਹੋ ਉਸ ਗੱਭਰੂ ਨੂੰ। ਇਹ ਉਸ ਗੱਭਰੂ ਦੇ ਲੇਖੇ ਆਇਆ ਕਿ ਐਡੇ ਕੁ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਉਹਨੂੰ ਪਿਆਰ ਕਰਦੇ ਆ ਔਰ ਹਮੇਸ਼ਾ ਕਰਦੇ ਰਹਿਣਗੇ। ਸੋ ਸੋਨੂੰ ਸੀਤ ਵਾਲਾ ਆ ਗਿਆ ਜੀ। ਮੈਂ ਤਾਂ ਆਖਿਆ ਕਿਤੇ ਚਲੇ ਗਿਆ ਮੈਂ ਲਗਾ ਕੇ। ਮੈਂ ਖੀਲਾ ਸਾਹਿਬ ਨੂੰ ਕਿਹਾ ਇੱਕ ਮਿੰਟ ਗੱਲ ਸੁਣਿਓ ਪਲੀਜ਼, ਪਹਿਲਾਂ ਇੱਕ ਤਾੜੀ ਮਾਰ ਦਿਓ ਬਾਈ ਦੇ ਨਾਮ 'ਤੇ। ਕਿਆ ਬਾਤ ਹੈ, ਕੀ ਹਾਲ ਹੈ ਦੋਸਤੋ? ਹਾਂਜੀ, ਕੀ ਹਾਲ ਚਾਲ ਦੋਸਤੋ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਆਪਣੇ ਵੱਲੋਂ ਭਰਾ ਨੂੰ ਲਵ ਯੂ ਭਰਾ ਸਾਰਿਆਂ ਨੂੰ ਥੈਂਕ ਯੂ ਕਿ ਧੰਨਵਾਦ ਵੀਰੇ ਭਾਜੀ ਹੁਣਾਂ ਦਾ ਜੀ, ਆਪਣੇ ਵੱਲੋਂ ਥੈਂਕ ਯੂ। ਜਦੋਂ ਵੀ ਸਾਰੇ ਜਣੇ ਦੁਆ ਕਰੋ ਸ਼ੇਰ ਲਈ, ਬਾਬਾ ਦੀ ਲੰਮੀ ਉਮਰ ਕਰੇ, ਚੜ੍ਹਦੀਆਂ ਕਲਾ ਵਿੱਚ ਰੱਖੇ, ਛਾਇਆ ਮੇਰਾ ਛੋਟਾ ਵੀ। ਬੈਠ ਜਾਓ, ਆ ਕੁਰਸੀਆਂ ਦਿਓ ਬਈ। ਮੈਂ ਇੱਕ ਗੱਲ ਦੱਸਣ ਲੱਗੀ ਹਾਂ। ਮੈਂ ਹੁਣੇ ਅਣਖੀਲਾ ਸਾਹਿਬ ਨੂੰ ਕਿਹਾ, ਮੈਂ ਕਿਹਾ ਵੀ ਲੈ ਸੋਨੂੰ ਸੀਤੋ ਵਾਲੇ ਦੀ ਫੋਟੋ ਲੱਗੀ ਹੈ, ਮੈਂ ਕਿਹਾ ਉਹ ਗਾ ਕੇ ਚਲੇ ਗਿਆ? ਕਹਿੰਦੇ ਹਾਂ। ਮੈਂ ਕਿਹਾ ਮੈਂ ਉਹਨੂੰ ਦੇਖਣ ਮਿਲਣਾ ਸੀ। ਕਹਿੰਦੇ ਉਹ ਛੋਟੇ ਬੰਦੇ ਛੋਟੇ ਵੱਟੇ ਬੰਦਿਆਂ ਨੂੰ ਮਿਲਦਾ ਨਹੀਂ। ਸੋ ਬਹੁਤ ਕਰਮ ਵਾਲਿਆਂ ਸੀ, ਵੈਲਕਮ ਬਾਈ। ਸੋ ਚਲੋ, ਮਜ਼ਾਕ ਇੱਕ ਪਾਸੇ ਰਹਿ ਗਿਆ। ਸਾਡਾ ਛੋਟਾ ਭਰਾ ਹੈ, ਤਕਰੀਬਨ ਹੀ ਸਾਨੂੰ ਅਣਖੀਲਾ ਸਾਹਿਬ ਨੂੰ ਫੋਨ ਕਰਦਾ ਰਹਿੰਦਾ ਇਹ ਸੋਨੂੰ ਸੀਤੋ ਵਾਲਾ। ਮੈਂ ਇਹਨੂੰ ਬਹੁਤ ਵਾਰੀ ਕਿਹਾ ਵੀ ਸੋਨੂੰ ਇੱਕ ਗੀਤ ਸੁਣਾ ਦੇ, ਕਹਿ ਦਿੰਦਾ ਫਿਰ ਕਦੇ ਸੁਣਾਊਂਗਾ, ਫਿਰ ਕਦੇ ਸੁਣਾਊਂਗਾ। ਸੋ ਅੱਜ ਸੁਣਨ ਦਾ ਮੌਕਾ ਮਿਲੂਗਾ, ਜ਼ਰੂਰ ਸੁਣ ਕੇ ਜਾਵਾਂਗੇ। ਸੋ ਡੋਲਰ, ਸਿੱਧੂ ਮੂਸੇਵਾਲੇ ਦਾ ਗਾਣਾ ਡੋਲਰ ਕਹਿਣ ਲੱਗੇ ਹਾਂ ਜੀ। ਜਿਵੇਂ ਦਾ ਵੀ ਆਉਂਦਾ, ਜਿੰਨਾ ਕੁ ਵੀ ਆਉਂਦਾ, ਕਬੂਲ ਕਰ। ਥੈਂਕ ਯੂ। ਅਸੀਂ ਅੰਡਰਗਰਾਊਂਡ ਬੰਦੇ ਉੱਪਰ ਤੱਕ ਮਾਰਾਂ ਨੇ,
ਮਾਰ ਦੋ ਪਲੀਜ਼। ਥੈਂਕ ਯੂ। ਸਿੱਧੂ ਮੂਸੇਵਾਲਾ ਜੋ ਲਿਖਦਾ ਸ਼ਰੀਆਮ ਸਾਡਾ ਚੱਲਦਾ ਕਿਆ ਬਾਤ।